ਹੜਾ ਵਿੱਚ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖੀਏ ਆਓ ਆਪਾਂ ਜਾਣਦੇ ਹਾਂ। ਮੈਂ ਤੁਹਾਡਾ ਆਪਣਾ ਡਾਕਟਰ ਡਾਕਟਰ ਮੀਸ਼ ਦੇਸੀ ਤੇ ਕੈਟਰ ਸਰਜਨ ਡਾਕਟਰ ਮੀਸ਼ ਸੁਪਰ ਸਪੈਸ਼ਲਿਟੀ ਆਈਐਨਐਸ ਸੈਂਟਰ ਪਾਈ ਇੰਜ਼ਿਲਦਾਨਾ। ਬੜੇ ਹੀ ਅਫਸੋਸ ਦੀ ਗੱਲ ਹੈ ਸਾਡੇ ਸਮੁੱਚੇ ਪੰਜਾਬ ਦੇ ਗੁਆਂਢੀ ਪ੍ਰਦੇਸ਼ਾਂ ਦੇ ਵਿੱਚ ਸਾਡੇ ਉੱਤਰੀ ਭਾਰਤ ਦੇ ਵਿੱਚ ਹੜ੍ਹ ਦਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਹਰ ਇਨਸਾਨ ਆਪਣੀ ਆਪਣੀ ਯਥਾ ਸ਼ਕਤੀ ਆਪਣੀ ਸੋਚ ਸਮਝ ਅਤੇ ਆਪਣੀ ਕਪੈਸਿਟੀ ਮੁਤਾਬਕ ਹਰ ਹੀਲੇ ਦੇ ਨਾਲ ਹੜ੍ਹ ਪੀੜਤਾਂ ਦੀ ਅਤੇ ਇਲਾਕੇ ਦੀ ਸੇਵਾ ਕਰ ਰਿਹਾ। ਮੈਂ ਵੀ ਇੱਕ ਡਾਕਟਰ ਹੋਣ ਦੇ ਨਾਤੇ ਇੱਕ ਫਰਜ਼ ਨਿਭਾਉਣ ਵਾਸਤੇ ਮੈਂ ਆਪ ਜੀ ਰੂਬਰੂ ਹੋ ਰਿਹਾ ਵੀ ਆਪਾਂ ਕਿਵੇਂ ਆਪਣੀ ਸਿਹਤ ਦਾ ਧਿਆਨ ਰੱਖਣਾ ਜਦੋਂ ਬਲੱਡ ਪ੍ਰੋਬਲਮ ਏਰੀਆ 'ਚ ਆਪਾਂ ਜਾਈਏ ਜਾਂ ਉਹ ਸਾਡੇ ਆਲ ਦੁਆਲੇ ਹੋਵੇ। ਇਹ ਜੋ ਆਪ ਜੀ ਦੇ ਸੈਕਸ਼ਨ ਜਿਹੜੀਆਂ ਸ਼ੇਅਰ ਕਰਾਂਗਾ ਇਹ WHO ਤੋਂ ਲਈਆਂ ਗਈਆਂ। ਆਓ ਆਪਾਂ ਜਾਣੀਏ। ਪਾਣੀ ਅਤੇ ਵੈਕਟਰ ਬੋਰਨ ਡਿਜ਼ੀਜ਼ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਟਾਈਫਾਇਡ ਫੀਵਰ, ਕੋਲਰਾ, ਮਲੇਰੀਆ ਅਤੇ ਯੈਲੋ ਫੀਵਰ ਜਿਹੜੇ ਹੈਗੇ ਆ ਸਮੁੱਚੇ ਸੰਸਾਰ ਜਿੱਥੇ ਹੜ੍ਹ ਆਉਂਦੇ ਨੇ ਉੱਥੇ ਇਹ ਸੰਭਾਵਨਾ ਵੱਧ ਜਾਂਦੀ ਹੈ। ਹੜ੍ਹਾਂ ਦੇ ਵਿੱਚ ਜਿਹੜਾ ਪਾਣੀ ਆਉਂਦਾ ਹੈਗਾ ਇੱਕ ਗੰਦਾ ਪਾਣੀ ਅਤੇ ਪਾਣੀ ਖੜ੍ਹ ਜਾਂਦਾ ਹੈਗਾ ਉਹੀ ਜਿਹੜਾ ਇੱਕ ਸੋਰਸ ਹੁੰਦਾ ਹੈ ਜਿੱਥੇ ਸਾਡੇ ਮੱਛਰ ਜਾਂ ਕੈਮੀਕਲ ਇੰਜਰੀ ਜਿਹੜੀਆਂ ਹੁੰਦੀਆਂ ਨੇ। ਹੜ੍ਹਾਂ ਦੇ ਪਾਣੀ ਵਿੱਚ ਜਿੱਥੇ ਕਿ ਸਾਡੇ ਪੀਣ ਵਾਲੇ ਪਾਣੀ ਦੀ ਫੈਸਿਲਿਟੀ ਜਿਹੜੀ ਹੈਗੀ ਉਹ 'ਚ ਹੜ੍ਹਾਂ ਦਾ ਪਾਣੀ ਮਿਕਸ ਹੋ ਜਾਂਦਾ ਹੈ ਜਾਂ ਪਾਣੀ ਖੜ੍ਹਾ ਹੋ ਜਾਂਦਾ ਹੈ ਉਹੀ ਇੱਕ ਮੱਛਰਾਂ ਦੇ ਅਤੇ ਕੈਮੀਕਲ ਹੈਜ਼ਰਡਸ ਦੀ ਅਤੇ ਇੰਜਰੀ ਹੋਣ ਦਾ ਇੱਕ ਸਕੋਪ ਵੱਧ ਜਾਂਦਾ ਹੈਗਾ। ਆਓ ਆਪਾਂ ਆਪਣੀ ਹੈਲਥ ਨੂੰ ਇਹਨੂੰ ਫਲੱਡ ਏਰੀਆ ਵਿੱਚ ਕਿਵੇਂ ਆਪਾਂ ਧਿਆਨ ਰੱਖਣਾ ਹੈ ਬੰਦ ਬੰਦ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਹੈ ਕਿ ਜਿੱਥੇ ਜਦੋਂ ਕੋਈ ਫਲੱਡ ਦੇ ਏਰੀਏ ਵਿੱਚ ਫਸ ਜਾਂਦਾ ਹੈਗਾ ਤਾਂ ਉੱਥੇ ਸਰਕਾਰ ਵੱਲੋਂ ਕਮਿਊਨਿਟੀ ਵੱਲੋਂ ਇੱਕ ਖਾਸ ਨਿਸ਼ਾਨ ਲਗਾਏ ਜਾਂਦੇ ਵੀ ਇਹ ਰਾਹ ਹੀ ਜਾਣਾ ਹੈਗਾ ਅਤੇ ਵਾਰਨਿੰਗ ਸਾਈਨ ਲਗਾਏ ਜਾਂਦੇ ਨੇ ਅਤੇ ਕੁਛ ਏਰੀਏ ਵਿੱਚ ਨਾਲ ਇਹ ਵੀ ਦੱਸਿਆ ਜਾਂਦਾ ਵੀ ਫਲੱਡ ਪ੍ਰੋਨ ਏਰੀਆ ਹੈ ਜਾਂ ਲਾਈਨ ਸਲਾਈਡ ਏਰੀਆ ਜਿਵੇਂ ਪਹਾੜ ਲਿਖਦੇ ਨੇ ਉਹਨਾਂ ਨੂੰ ਆਪਾਂ ਜਾਣਨਾ ਹੁੰਦਾ ਵੀ ਕਿਹੜੇ ਆਪਣੇ ਇਸ ਇਲਾਕੇ ਵਿੱਚ ਹੈਗੇ। ਆਪਾਂ ਬਿਲਕੁਲ ਅਣਗਹਿਲੀ ਕਰਕੇ ਭੋਲੇਪਨ ਦੇ ਵਿੱਚ ਉਸ ਏਰੀਏ ਨਹੀਂ ਜਾਂਦੇ ਜਿੱਥੇ ਖਤਰਾ ਹੋਵੇ। ਜਿਹੜਾ ਪੀਣ ਵਾਲਾ ਪਾਣੀ ਹੈਗਾ ਜਾਂ ਖਾਣਾ ਬਣਾਉਣ ਵਾਲਾ ਪਾਣੀ ਹੈਗਾ ਉਹ ਆਪਾਂ ਨੇ ਬੋਇਲਿੰਗ ਵਾਟਰ ਜਿਹੜਾ ਉਬਲਿਆ ਹੋਇਆ ਪਾਣੀ ਯੂਜ਼ ਕਰਨਾ ਚਾਹੀਦਾ ਜਾਂ ਕਲੋਰੀਨ ਦੇ ਨਾਲ ਉਹਦਾ ਟ੍ਰੀਟ ਕੀਤਾ ਹੋਵੇ। ਜਿਹੜੇ ਫਲੱਡ ਪ੍ਰੋਨ ਏਰੀਆ ਹੈਗੇ ਨੇ ਉਹਨਾਂ ਵਿੱਚ ਪਾਣੀ ਨਾਲ ਹੋਣ ਵਾਲੀ ਬਿਮਾਰੀ ਦੇ ਬਚਣ ਵਾਸਤੇ ਸਾਨੂੰ ਲਗਾਤਾਰ ਜਿਹੜਾ ਸੇਫ ਡਰਿੰਕਿੰਗ ਵਾਟਰ ਦੀ ਹੀ ਸਾਡੇ ਕੋਲ ਸਹੂਲਤ ਹੋਣੀ ਚਾਹੀਦੀ ਹੈ ਉਹੀ ਆਪਾਂ ਨੂੰ ਅਡੋਪਟ ਕਰਨਾ ਚਾਹੀਦਾ। ਆਪਣੀ ਪੂਰੀ ਸਾਫ਼ ਸਫਾਈ ਅਤੇ ਸਾਫ਼ ਸੁਥਰੇ ਖਾਣੇ ਦੇ ਨਾਲ ਪ੍ਰੈਪਰੇਸ਼ਨ ਜਿਵੇਂ ਆਪਣੇ ਪਿਆਰ ਦੇ ਨਾਲ ਆਪਾਂ ਕਮਿਊਨਿਟੀ ਲੰਗਰਸ ਵੀ ਲਗਾਉਂਦੇ ਹਾਂ ਉਹ ਵੀ ਬਿਲਕੁਲ ਸੇਫਟੀ ਦੇ ਨਾਲ ਅਤੇ ਬੜੇ ਸਫਾਈ ਦੇ ਨਾਲ ਲੰਗਰ ਤਿਆਰ ਹੋਣੇ ਚਾਹੀਦੇ ਹਨ। ਹੜ੍ਹ ਦੇ ਪਾਣੀ ਦੇ ਨਾਲ ਸਾਨੂੰ ਭਾਂਡੇ ਨਹੀਂ ਧੋਣੇ ਚਾਹੀਦੇ, ਬਰੱਸ਼ ਨਹੀਂ ਕਰਨਾ ਚਾਹੀਦਾ, ਨਾ ਹੀ ਉਸ ਪਾਣੀ ਦੇ ਨਾਲ ਸਾਨੂੰ ਖਾਣਾ ਬਣਾਉਣਾ ਚਾਹੀਦਾ ਹੈ। ਹਰ ਵਾਰੀ ਜਦੋਂ ਵੀ ਕਿਤੇ ਪਾਣੀ ਨਾਲ ਟੱਚ ਹੋ ਜਾਂਦਾ ਹੈ ਜਦੋਂ ਘਰੇ ਵਾਪਸ ਆਉਂਦੇ ਤਾਂ ਆਪਣੇ ਹੱਥ ਜਿਹੜੇ ਹੈਗੇ ਹੈ ਸਾਬਣ ਦੇ ਪਾਣੀ ਨਾਲ ਬਿਲਕੁਲ ਸਾਫ਼ ਨਾਲ ਸਾਨੂੰ ਸਾਫ਼ ਕਰਨੀ ਚਾਹੀਦੀ। ਹਾਂ, ਕਈ ਵਾਰ ਜੇ ਹੜ੍ਹ ਦਾ ਪਾਣੀ ਖੜ੍ਹਾ ਹੈ ਉਹਦੇ ਵਿੱਚ ਆਪਾਂ ਚੱਲਣਾ ਫਿਰਨਾ ਚਾਹੀਦਾ ਅਤੇ ਉਹਦੇ ਵਿੱਚ ਨਾ ਹੀ ਸਾਨੂੰ ਡਰਾਈਵਿੰਗ ਕਰਨੀ ਚਾਹੀਦੀ ਹੈ ਕਿਉਂਕਿ ਉਹ ਗੰਦਾ ਪਾਣੀ ਹੈਗਾ ਉਹ 'ਚ ਜਰਾਸੀਮਸ ਹੈਗੇ ਨੇ। ਚਾਹੇ ਥੋੜ੍ਹਾ ਪਾਣੀ ਵੀ ਹੈਗਾ ਉਹਦੇ ਨਾਲ ਵੀ ਡੈਂਜਰ ਹੋ ਸਕਦਾ। ਕਈ ਵਾਰ ਬਿਜਲੀ ਦੇ ਪੋਲ ਜਿਹੜੇ ਹੈਗੇ ਨੇ ਇਲੈਕਟ੍ਰੀਕਲ ਜਿਹੜੇ ਤਾਰਾਂ ਜਿਹੜੀਆਂ ਗਿਰੀਆਂ ਹੁੰਦੀਆਂ ਨੇ ਜਾਂ ਕਈ ਵਾਰ ਕੋਈ ਕੈਮੀਕਲੀ ਮਿਕਸ ਹੋਇਆ ਹੁੰਦਾ ਸੀ। ਖਾਸ ਕਰਕੇ ਜਿਹੜੀ ਕਾਰਾਂ ਹੈਗੀਆਂ ਨੇ ਉਹ ਫਲੱਡ ਦੇ ਵਿੱਚ ਇੱਕਦਮ ਬਹਿ ਜਾਂਦੀਆਂ ਨੇ। ਆਪਾਂ ਉਹ ਬਿਲਕੁਲ ਆਪਣੀ ਸੇਫਟੀ ਦੇ ਨਾਲ ਕਾਰ ਉਸ ਪਾਣੀ 'ਚੋਂ ਨਹੀਂ ਲਿਆਉਣੀ ਚਾਹੀਦੀ। ਜੇ ਕੁਝ ਵੀ ਖਾਣ ਦਾ ਚੀਜ਼ ਦੇ ਨਾਲ ਹੜ੍ਹ ਦਾ ਪਾਣੀ ਲੱਗ ਗਿਆ ਹੈਗਾ ਉਹਨੂੰ ਸਾਨੂੰ ਛਿੱਕ ਦੇਣਾ ਚਾਹੀਦਾ ਐਕਚੁਲੀ। ਜਦੋਂ ਘਰਾਂ 'ਚੋਂ ਹੜ੍ਹ ਦਾ ਪਾਣੀ ਜਦੋਂ ਪੂਰਾ ਨਿਕਲ ਜਾਂਦਾ ਤਾਂ ਆਪਾਂ ਸਾਰੇ ਘਰ ਨੂੰ ਪ੍ਰੋਪਰ ਸਾਫ਼ ਕਰਨਾ ਚਾਹੀਦਾ ਆਪਾਂ ਨੂੰ। ਉਹ ਪਾਣੀ ਜਿਹੜਾ ਹੈਗਾ ਉਹ ਘਰ ਦੇ ਦੁਆਰਾਂ 'ਚ ਕੋਈ ਨਾ ਕੋਈ ਜਰਾਸੀਮਸ ਲੈ ਕੇ ਕੋਈ ਨਾ ਕੋਈ ਬਿਮਾਰੀਆਂ ਲੈ ਕੇ ਉਹ ਦੁਆਰਾਂ 'ਤੇ ਹੋ ਸਕਦਾ ਆਪਾਂ ਨੂੰ ਪ੍ਰੋਪਰ ਉਹਨੂੰ ਸਾਫ਼ ਕਰੀਏ ਆਪਾਂ। ਜਿਹੜੀ ਚੀਜ਼ ਸਾਫ਼ ਨਹੀਂ ਕੀਤੀ ਜਾ ਸਕਦੀ ਜਾਂ ਬਲੀਚ ਨਹੀਂ ਕੀਤੀ ਜਾ ਸਕਦੀ ਜਿਵੇਂ ਪਿੱਲੋ ਹੋ ਗਏ, ਮੈਟਰਸ ਹੋ ਗਏ, ਜਿਹੜੇ ਸਾਫ਼ ਨਹੀਂ ਹੋ ਸਕਦੇ ਆਪਾਂ ਨੂੰ ਉਹਨੂੰ ਡਿਸਕਾਰਡ ਹੀ ਕਰਨਾ ਚਾਹੀਦਾ। ਜਿੰਨੀਆਂ ਵੀ ਕੰਧਾਂ ਹੈਗੀਆਂ ਜਾਂ ਫਰਸ਼ ਹੈਗਾ ਆ ਸਰਫੇਸ ਹੈਗਾ ਸੋਪ ਐਂਡ ਵਾਟਰ ਨਾਲ ਅਤੇ ਬਲੀਚ ਕਰਕੇ ਉਹ ਸਾਫ਼ ਕਰਨਾ ਚਾਹੀਦਾ ਆਪਾਂ ਨੂੰ। ਪ੍ਰੋਟੈਕਸ਼ਨ ਫਰੋਮ ਦੀ ਮੋਸਕੀਟੋ, ਜੇ ਘਰ ਦੇ ਆਸ ਪਾਸ ਪਾਣੀ ਖੜ੍ਹਾ ਹੈ ਤਾਂ ਮੱਛਰਾਂ ਤੋਂ ਬਚਾਅ ਵਾਸਤੇ ਆਪਾਂ ਜੋ ਵੀ ਸਾਧਨ ਅਡੋਪਟ ਕਰ ਸਕਦੇ ਹਾਂ ਖਾਸ ਕਰਕੇ ਬੋਡੀ ਲਾਉਣ ਵਾਸਤੇ ਮੋਸਕੀਟੋ ਰਿਪੈਲੈਂਟ ਕ੍ਰੀਮਸ ਅਤੇ ਆਪਣੇ ਪੂਰੇ ਕੱਪੜੇ ਅਤੇ ਮੋਸਕੀਟੋ ਨੈੱਟ ਜਿਹੜੇ ਹੈਗੇ ਆ ਸੌਣ ਵੇਲੇ ਆਪਾਂ ਯੂਜ਼ ਕਰੀਏ ਤਾਂ ਕਿ ਮੱਛਰ ਸਾਨੂੰ ਕੱਟ ਨਾ ਸਕਣ। ਇਹ ਕੁਛ ਹੈਲਥ ਕੇਅਰ ਟਿਪਸ ਸੀਗੀਆਂ ਜਿਹੜੇ ਕਿ ਜੇਕਰ ਆਪਣੇ ਏਰੀਏ ਵਿੱਚ ਫਲੱਡ ਆਇਆ ਹੋਇਆ ਜਾਂ ਫਲੱਡ ਪ੍ਰੋਨ ਏਰੀਏ ਆਪਾਂ ਜਾ ਰਹੇ ਹੈਗੇ ਆਪਾਂ ਆਪਣੀ ਸਿਹਤ ਦਾ ਕਿਵੇਂ ਧਿਆਨ ਰੱਖੀਏ
ਜੇ ਆਪਾਂ ਤੰਦਰੁਸਤ ਹੋਵਾਂਗੇ ਤਾਂ ਹੀ ਆਪਾਂ ਆਪਣੀ ਸਿਹਤ ਦਾ ਅਤੇ ਬਾਕੀਆਂ ਧਿਆਨ ਰੱਖ ਸਕਾਂਗੇ। ਮੈਂ ਚਾਹਾਂਗਾ ਸਾਡੇ ਜਿੰਨੇ ਵੀ ਸਾਡੇ ਸਮਾਜਿਕ ਕਾਰਜਕਰਤਾ ਜਥੇਬੰਦੀ ਆ ਐਨ ਜੀ ਓ ਸਰਕਾਰ ਦੇ ਓਫੀਸ਼ੀਅਲਸ ਵੀ ਫਲੱਡ ਪ੍ਰੋਨ ਏਰੀਏ ਦਿਨ ਰਾਤ ਸੇਵਾ ਕਰ ਰਹੇ ਨੇ, ਉਹ ਸਾਡੀਆਂ ਇਹ WHO ਵੱਲੋਂ ਇੰਸਟਰਕਸ਼ਨ ਦਿੱਤੀਆਂ ਗਈਆਂ, ਇਹਨੂੰ ਆਪਾਂ ਫੋਲੋ ਕਰੀਏ ਤਾਂ ਕਿ ਸਾਡੀ ਸਿਹਤ ਠੀਕ ਹੋਏਗੀ ਤਾਂ ਹੀ ਸੇਵਾ ਕਰ ਸਕਾਂਗੇ। ਪੁਨਰਜੋਤ ਆਈ ਬੈਂਕ ਸੁਸਾਇਟੀ ਜੋ ਪਿਛਲੇ ਸਮੇਂ ਤੋਂ ਸਮਰਪਿਤ ਹੈ ਅੰਗਦਾਨ ਅਤੇ ਸਿਹਤ ਸਿੱਖਿਆ ਨੂੰ, ਇਸ ਔਖੀ ਘੜੀ ਦੇ ਵਿੱਚ ਜਿਹੜੇ ਸਮੁੱਚੇ ਉੱਤਰੀ ਭਾਰਤ ਦੇ ਵਿੱਚ ਜਿੱਥੇ ਫਲੱਡ ਆਇਆ ਹੋਇਆ ਅਤੇ ਲੋਕਾਂ ਜਾਨੀ ਨੁਕਸਾਨ ਹੋਇਆ ਅਤੇ ਬਹੁਤ ਸਾਰਾ ਮਾਲੀ ਨੁਕਸਾਨ ਵੀ ਹੋਇਆ, ਆਪਾਂ ਦੁਖੀ ਹਿਰਦੇ ਨਾਲ ਆਪਾਂ ਦੁੱਖ ਪ੍ਰਗਟ ਕਰਦੇ ਹਾਂ ਅਤੇ ਨਾਲ ਹੀ ਸਾਡੇ ਵੱਲੋਂ ਯਥਾ ਸ਼ਕਤੀ ਜਿੰਨੀ ਵੀ ਹੈਗੀ ਹੈ ਆਪਾਂ ਸਮੁੱਚੇ ਸਮਾਜ ਨੂੰ ਬੇਨਤੀ ਕਰਦੇ ਹਾਂ, ਸਾਡੀਆਂ ਸੇਵਾਵਾਂ ਹਮੇਸ਼ਾ ਉਪਲਬਧ ਹਨ। ਸਾਡੇ ਪੁਨਰਜੋਤ ਕੋਆਰਡੀਨੇਟਰ ਮਾਸਟਰ ਰਕੇਸ਼ ਕੁਮਾਰ ਜੀ ਜੋ ਮਹਿਤਪੁਰ ਤੋਂ ਸੇਵਾ ਨਿਭਾਉਂਦੇ ਪਏ ਨੇ ਐਜ਼ ਏ ਟੀਚਰ, ਤੁਹਾਡੀ ਬਹੁਤ ਦਿਨ ਦਾ ਸੇਵਾ ਕਰਦੇ ਨੇ ਅਤੇ ਹੋਰ ਵੀ ਸਾਡੇ ਵੱਖ ਵੱਖ ਸਾਡੇ ਪੰਜਾਬ ਦੇ ਵਿੱਚ ਸਾਡੇ ਅੱਖ ਦਾ ਸਮਰਪ ਨਾਲ ਜੁੜੀ ਹੋਈ ਸੰਸਥਾਵਾਂ ਵੀ ਬਹੁਤ ਅੱਛਾ ਰੋਲ ਪਲੇ ਕਰ ਰਹੀਆਂ ਨੇ। ਇਸ ਦੁੱਖ ਦੀ ਘੜੀ ਦੇ ਵਿੱਚ ਪੁਨਰਜੋਤ ਆਈ ਬੈਂਕ ਸੁਸਾਇਟੀ ਸਮੁੱਚੇ ਸਮਾਜ ਦੇ ਨਾਲ ਖੜੀ ਹੈ, ਸਾਡੇ ਲਈ ਕੋਈ ਵੀ ਸੇਵਾ ਹੋਵੇ ਹਮੇਸ਼ਾ ਹਾਜ਼ਰ ਹੈ। ਹਾਂ, ਮੈਂ ਅੱਖਾਂ ਦੇ ਡਾਕਟਰ ਹੋਣ ਦੇ ਨਾਤੇ ਜੋ ਪਿਛਲੇ ਸਮੇਂ 'ਚ ਆਪਾਂ ਇੱਕ ਵੀਡੀਓ ਅੱਖਾਂ ਦੀ ਸੰਭਾਲ ਕਿਵੇਂ ਕਰਨੀ ਹੈ, ਬਲੱਡੀ ਦੇ ਵਿੱਚ ਕਿਵੇਂ ਇਨਫੈਕਸ਼ਨ ਹੋ ਜਾਂਦੇ ਆ ਅਤੇ ਉਹਦੇ ਰਿਗਾਰਡਿੰਗ ਕੋਈ ਵੀ ਸੇਵਾਵਾਂ ਹਾਜ਼ਰ ਸਾਡੇ ਕੋਲ ਹਾਜ਼ਰ ਨੇ। ਹਾਂ, ਮੈਂ ਇੱਕ ਡਾਕਟਰ ਹੋਣ ਦੇ ਨਾਤੇ ਆਪਣੀ ਇੱਕ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੈਂ ਆਪ ਜੀ ਨਾਲ ਇਹ ਕੁਝ ਵਿਚਾਰ ਸਾਂਝੇ ਕੀਤੇ ਨੇ ਵੀ ਫਲੱਡ ਦੇ ਸਮੇਂ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਹੈ। ਆਓ ਅਸੀਂ ਇਹ ਸੁਝਾਅ ਜਾਂ ਟਿਪਸ ਹੈਗੇ ਨੇ ਆਪਾਂ ਮੈਕਸੀਮਮ ਲੋਕਾਂ ਨਾਲ ਸ਼ੇਅਰ ਕਰੀਏ ਤਾਂ ਕਿ ਕਿਸੇ ਦੀ ਜਾਨ ਨੂੰ ਨੁਕਸਾਨ ਨਾ ਹੋਵੇ, ਕਿਉਂਕਿ ਮਨੁੱਖੀ ਜਾਨਾਂ ਬੜੀ ਵਡਮੁੱਲੀਆਂ ਨੇ। ਪੁਨਰਜੋਤ ਆਈ ਬੈਂਕ ਸੁਸਾਇਟੀ ਹਮੇਸ਼ਾ ਸਰਵਸੇਵੀ ਸਮਾਜ ਨਾਲ ਖੜ੍ਹਦੀ ਹੈਗੀ ਹੈ, ਸਾਡੇ ਲਈ ਕੋਈ ਵੀ ਸੇਵਾ ਹੋਵੇ ਹਮੇਸ਼ਾ ਹਾਜ਼ਰ ਹੈ। ਕਿਸੇ ਨੇ ਨਾਲ ਸੰਪਰਕ ਕਰਨਾ ਹੈਗਾ ਸਾਡੇ ਫੋਨ ਨੰਬਰ ਇਸ ਵੀਡੀਓ ਦਿੱਤੇ ਹੋਏ ਨੇ, ਤਾਂ ਕਿਸੇ ਨੇ ਕੋਈ ਹੋਰ ਸੁਝਾਅ ਦੇਣੇ ਨੇ ਜਾਂ ਕੋਈ ਸਾਡੇ ਨਾਲ ਸਵਾਲ ਹੈਗੇ ਨੇ ਸਾਡੇ ਵੀਡੀਓ ਦੇ ਕਮੈਂਟ ਬੋਕਸ ਪਾਓ, ਮੈਂ ਖੁਦ ਪਰਸਨਲੀ ਜਵਾਬ ਦੇਵਾਂਗਾ। ਮੈਂ ਹਾਂ ਤੁਹਾਡਾ ਆਪਣਾ ਡਾਕਟਰ ਮਹੀਸ਼, ਬੇਸਿਕ ਅਤੇ ਕੈਟਰ ਸਰਜਨ ਡਾਕਟਰ ਮਹੀਸ਼, ਸੁਪਰ ਸਪੈਸ਼ਲਿਟੀ ਆਈ ਐਂਡ ਵਿਜ਼ਨ ਸੈਂਟਰ ਭਾਈ ਰਣਜੀਤ ਸਿੰਘ ਲੁਧਿਆਣਾ। ਥੈਂਕ ਯੂ।